ਤੇ ਅਗਲੀ ਖਬਰ ਮੋਹਾਲੀ ਤੋਂ ਹੈ। ਮੋਹਾਲੀ ਵਿੱਚ ਸੈਕਟਰ 105 ਵਿੱਚ MRMGF ਸੁਸਾਇਟੀ ਵਿੱਚ ਉਸ ਵੇਲੇ ਸਨਸਨੀ ਫੈਲ ਗਈ ਜਦੋਂ CIS ਸਟਾਫ ਪਟਿਆਲਾ ਦੀ ਕਥਿਤ ਟੀਮ ਵੱਲੋਂ ਸੁਸਾਇਟੀ ਦੀ 8ਵੀਂ ਮੰਜ਼ਿਲ ਤੇ ਸਥਿਤ ਇੱਕ ਵਿਅਕਤੀ ਦੇ ਘਰ ਦਾਖਲ ਹੋ ਕੇ ਉਸ ਦੀ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ। ਇਸ ਤੋਂ ਬਾਅਦ ਤਜਿੰਦਰਪਾਲ ਸਿੰਘ ਨੇ 8ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਇਸ ਦੀ ਮੌਤ ਹੋ ਗਈ। ਹਾਲਾਂਕਿ ਪੀੜਿਤ ਪਰਿਵਾਰ ਵੱਲੋਂ ਇਹ ਇਲਜ਼ਾਮ ਲਗਾਇਆ ਗਿਆ ਕਿ ਪੁਲਿਸ ਮੁਲਾਜ਼ਮਾਂ ਵੱਲੋਂ ਉਹਨਾਂ ਦੇ ਬੇਟੇ ਨੂੰ ਧੱਕਾ ਦਿੱਤਾ ਗਿਆ। ਉਧਰ ਪਟਿਆਲਾ ਪੁਲਿਸ ਦੇ SSP ਵੱਲੋਂ ਪੁਲਿਸ ਤੇ ਲੱਗੇ ਇਹਨਾਂ ਇਲਜ਼ਾਮਾਂ ਨੂੰ ਖਾਰਜ ਕਰ ਦਿੱਤਾ ਗਿਆ। ਮਸ਼ੀਨ ਨੇ ਕੁੰਡਾ ਖੋਲਿਆ ਅਤੇ ਉਹ 4-5 ਬੰਦੇ ਅੰਦਰ ਆ ਗਏ ਅਤੇ ਮੈਂ ਕਿਹਾ ਕਿੱਧਰ ਆ ਗਏ, ਕਹਿੰਦਾ ਮਿਲਣ ਆਇਆ ਇਹਨੂੰ। ਇਹਨੇ ਗੱਲਾਂ ਬਾਤਾਂ ਪੁੱਛਣ ਲੱਗਿਆ, ਮੈਂ ਫਿਰ ਚਲੇ ਗਿਆ ਅੰਦਰ ਅਤੇ ਇਹਨਾਂ ਨੇ ਪਤਾ ਨਹੀਂ ਕਿ ਆਪਸ 'ਚ ਗੱਲਬਾਤ ਹੋ ਗਈ ਨੇ, ਤੈਨੂੰ ਅਸੀਂ ਮਾਰ ਦੇਣਾ, ਤੈਨੂੰ ਅਸੀਂ ਇੱਥੇ ਖੜਨਾ ਹੀ ਖੜਨਾ, ਤੈਨੂੰ ਅਸੀਂ ਯੂ ਕਰਨਾ, ਬਸ ਕਰਦੇ ਕਰਦੇ ਕਮਰੇ 'ਚ ਵੜ ਗਏ। ਕਮਰੇ ਵੜੇ ਤੋਂ ਉਹਨਾਂ ਨੇ ਪਤਾ ਨਹੀਂ ਕੀ ਕੀਤਾ, ਉੱਥੇ ਮੇਰੇ ਖਿਆਲ ਪਤਾ ਨਹੀਂ ਧੱਕਾ ਦਿੱਤਾ ਜਾਂ ਕੀ ਆ, ਉਹ ਧੱਕਾ ਉਹ ਥੱਲੇ ਡਿੱਗ ਪਿਆ ਗੱਲ 'ਚ, ਦੇਖੀ ਜਾ ਕੇ ਥੱਲੇ ਡਿੱਗਿਆ ਪਿਆ ਸੀਗਾ, ਬਟ ਡਿੱਗਿਆ ਦੇਖਿਆ ਅਸੀਂ ਫਟਾਫਟ ਗੱਡੀ ਬਿਠਾਇਆ ਅਤੇ ਇੱਥੇ ਆ ਗਏ ਹਾਂ ਅਤੇ ਉਹ ਪਤਾ ਨਹੀਂ ਕਿੱਥੇ ਗਾਇਬ ਹੋ ਗਏ ਬੰਦੇ ਜਿਹੜੇ ਆਏ 5-6 ਬੰਦੇ। ਇੱਕ ਸਕਿਉਰਿਟੀ ਗਾਰਡ ਜੋ ਕਿ ਥੋੜ੍ਹਾ ਬਹੁਤਾ ਸਾਡੇ ਨੇੜੇ ਸੀਗਾ, ਉਹਨੇ ਦੱਸਤਾ ਵੀ ਨਹੀਂ ਭਾਅ ਜੀ ਐਂਟਰੀ ਕਰੀ ਹੈ, ਵੀ ਐਂਟਰੀ ਕਰਨ ਤੋਂ ਬਾਅਦ ਇਹਨਾਂ ਨੇ ਰਜਿਸਟਰ ਇੱਥੋਂ ਗੋਲ ਕਰਤਾ ਹੈ ਜੋ ਕਿ ਰਜਿਸਟਰ ਪਿੱਛੇ ਬੈਕ ਆਫਿਸ 'ਤੇ ਲੈ ਗਏ ਹੈ। ਅਤੇ ਉਹ ਅਸੀਂ ਜਾ ਕੇ ਉੱਥੇ ਪੁੱਛਿਆ ਉਹਨਾਂ ਨੂੰ, ਉਹਨਾਂ ਦੇ SO ਸੀਗੇ ਅਤੇ 1-2 ਅਫਸਰ ਹੋਰ ਬੈਠੇ ਸੀ, ਉਹਨਾਂ ਨੇ ਪਹਿਲੇ ਤਾਂ ਸਾਫ਼ ਮਨਾ ਕਰਤਾ ਅਤੇ ਉਸ ਤੋਂ ਬਾਅਦ ਇੱਕੋ ਰਿਪੋਰਟ ਤਿਆਰ ਕਰੀ ਜਾ ਰਹੇ ਸੀਗੇ। ਮੈਂ ਦਿਖਾਉਂਦਾ ਤੁਹਾਨੂੰ ਉਹ ਰਿਪੋਰਟ, ਮੈਂ ਉੱਥੋਂ ਲੈ ਕੇ ਆਇਆ ਉਹਨਾਂ ਤੋਂ, ਅਸੀਂ ਖੋਈ ਹੈ, ਲੈ ਕੇ ਵੀ ਕੇ ਆਇਆ ਖੋਈ, ਤੁਹਾਨੂੰ ਉਹ ਵੀਡੀਓ ਵੀ ਪੂਰੀ ਬਣਾਈ ਹੋਈ ਹੈ ਉੱਥੇ, ਇਹ ਐਕਸੀਡੈਂਟ ਰਿਪੋਰਟ ਤਿਆਰ ਕਰ ਰਹੇ ਉੱਥੇ ਉਹ, ਇਹ ਸਾਡੇ ਨਾਲ ਧੱਕਾ ਹੋ ਰਿਹਾ, ਸਾਡਾ ਨਾਲ ਦਾ ਸਾਡਾ ਫਰੈਂਡ ਮਰਿਆ ਜੀ, ਸਾਨੂੰ ਤਾਂ ਇਹੀ ਆ ਵੀ ਜੋ ਵੀ ਹੈਗੀ ਇਨਕੁਆਇਰੀ ਇਹ